ਗੁਰੂ ਪਿਆਰ ਵਾਲਿਓ, ਅੱਜ ਫੱਗਣ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆ ਹਰ ਮਹੀਨੇ ਦੀ ਤਰ੍ਹਾਂ ਸ਼ਬਦ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਸਿੱਖ ਧਰਮ ਦੇ ਬਾਣੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਮੋਰਾਨਕ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਆਉਂਦੇ ਹਾਂ, ਆ ਕੇ ਬੜੇ ਪਿਆਰ ਦੇ ਨਾਲ ਪ੍ਰੇਮ ਭੇਟਾ ਰੱਖਦੇ ਹਾਂ, ਮੱਥਾ ਟੇਕਦੇ ਹਾਂ। ਮੱਥਾ ਟੇਕ ਕੇ ਇਹਤੋਂ ਕੁੱਝ ਨਾ ਕੁੱਝ ਸਿੱਖ ਕੇ ਜਾਣ ਦਾ ਯਤਨ ਕਰਨਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਹੁਤ ਕੁੱਝ ਸਮਝਾਇਆ ਹੈ। ਭਾਗਾਂ ਵਾਲਿਓ, ਧਾਰਮਿਕ ਗ੍ਰੰਥ ਸਾਰੇ ਹੀ ਮੁਬਾਰਕ ਹਨ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਜੋੜਦੀ ਹੈ। ਅਸੀਂ ਚੰਗੇ ਇਨਸਾਨ ਕਿਵੇਂ ਬਣਨਾ ਹੈ, ਅਸੀਂ ਧਰਮ ਨੂੰ ਕਿਵੇਂ ਧਾਰਨ ਕਰਨਾ ਹੈ, ਕਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸੁਚਿਆਰੇ ਸਿੰਘ ਬਣਨਾ ਹੈ, ਕਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਰਾਹ ਦੇ ਪੰਥੀ ਬਣਨਾ ਹੈ, ਇਹ ਸਾਰਾ ਉਪਦੇਸ਼ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਮਝਾਉਂਦੀ ਹੈ। ਆਓ ਭਾਗਾਂ ਵਾਲਿਓ, ਸੀਮਤ ਸਮਾਂ ਹੈ, ਇਸ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਦਾਸ ਨੇ ਆਪ ਸਾਰੀਆਂ ਸੰਗਤਾਂ ਦੇ ਨਾਲ ਸ਼ਬਦ ਸਾਂਝਾ ਕੀਤਾ ਹੈ, ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਰਸਨਾ ਨੂੰ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅੰਕ ਨੰਬਰ 133 ਦੇ ਉੱਪਰ ਸੁਭਾਇਮਾਨ ਹੈ। ਆਓ ਸੀਮਤ ਸਮੇਂ ਵਿੱਚ ਰਹਿੰਦਿਆਂ ਹੋਇਆਂ ਅੱਜ ਮਹੀਨੇ ਦੀ ਜੋ ਫੱਗਣ ਮਹੀਨੇ ਦੀ ਸੰਗਰਾਂਦ ਹੈ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਸ਼ਬਦ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਗੁਰੂ ਪਾਤਸ਼ਾਹ ਮਹਾਰਾਜ ਦੀ ਬੜੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ। ਆਓ ਭਾਗਾਂ ਵਾਲਿਓ, ਸ਼ਬਦ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਕਲਗੀ ਧਰ ਪਾਤਸ਼ਾਹ ਸ੍ਰੀ ਰਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਪ੍ਰਤੇ ਬੁਲੰਦ ਆਵਾਜ਼ ਵਿੱਚ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਫੱਗਣ ਮਹੀਨੇ ਦੀ ਸੰਗਰਾਂਦ ਦੇ ਰਾਹੀਂ ਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਨੇ, ਕਹਿੰਦੇ ਫਲਗੁਣ ਆਨੰਦ ਉਪਾਰਜਣਾ। ਉਪਾਰਜਣਾ ਤੋਂ ਭਾਵ ਹੁੰਦਾ ਉਪਜ, ਪ੍ਰਕਾਸ਼, ਗਿਆਨ। ਜਿਹੜਾ ਪ੍ਰਕਾਸ਼ ਹੁੰਦਾ ਹੈ ਨਾ, ਇਹਨੇ ਆਪਣੇ ਜ਼ੋਰ ਦੇ ਨਾਲ ਹਨੇਰੇ ਨੂੰ ਭਜਾਉਣਾ ਹੁੰਦਾ ਹੈ। ਉਹ ਜਿੱਥੇ ਅਗਿਆਨਤਾ ਦਾ ਹਨੇਰਾ ਹੈ, ਅਗਿਆਨਤਾ ਦੇ ਹਨੇਰੇ ਹਨੇਰੇ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆ ਕੇ ਸ਼ਬਦ ਵਿਚਾਰ ਦੇ ਨਾਲ ਭਜਾਉਣਾ ਹੈ। ਭਾਵ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਅਗਿਆਨਤਾ ਨੂੰ ਖਤਮ ਕਰਨਾ ਹੈ ਮਨੁੱਖ ਨੇ, ਔਰ ਸ਼ਬਦ ਦੇ ਨਾਲ ਜੁੜ ਕੇ ਗਿਆਨ ਨੂੰ ਜ਼ਿੰਦਗੀ ਦਾ ਆਧਾਰ ਬਣਾਉਣਾ ਹੈ। ਸਤਿਗੁਰ ਨੇ ਬਾਣੀ ਚ ਆਖਿਆ ਹੈ, ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਅਗਿਆਨਤਾ ਦਾ ਘੋਰ ਹਨੇਰਾ ਹੈ। ਜਿਵੇਂ ਇੱਕ ਬੱਚਾ ਆਪਾਂ ਸਕੂਲ ਵਿੱਚ ਭੇਜਦੇ ਹਾਂ, ਇੱਕ ਮਾਂ ਆਪਣੇ ਬੱਚੇ ਨੂੰ ਤਿਆਰ ਕਰਦੀ ਹੈ, ਸੋਹਣੀ ਵਰਦੀ ਪਾਉਂਦੀ ਹੈ, ਪਟਕਾ ਬੰਨਦੀ ਹੈ, ਦਸਤਾਰ ਬੰਨ ਕੇ ਬੱਚਾ ਸਕੂਲ ਵਿੱਚ ਜਾਂਦਾ ਹੈ। ਜੇ ਸਕੂਲ ਦੇ ਵਿੱਚ ਕੋਈ ਟੀਚਰ ਨਹੀਂ ਤਾਂ ਬੱਚਾ ਕੁਝ ਵੀ ਸਿੱਖ ਨਹੀਂ ਸਕਦਾ। ਆਪਾਂ ਸਾਰੇ ਸਟੂਡੈਂਟ ਹਾਂ, ਸਾਡਾ ਟੀਚਰ ਕੌਣ ਹੈ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ।
ਸਿਲੇਬਸ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜਿਹੜਾ ਜਿਹੜਾ ਸਿੱਖ ਬਾਣੀ ਪੜ੍ਹੇਗਾ ਗੁਰੂ ਘਰ ਦੇ ਨਾਲ ਜੁੜੇਗਾ ਉਹਦੇ ਜਿਹੜੇ ਕੀਮਤੀ ਸੁਆਸ ਨੇ ਇਹ ਸਫਲ ਹੋ ਜਾਣਗੇ। ਸਤਿਗੁਰੂ ਨੇ ਬਾਣੀ ਚ ਆਖਿਆ ਮਹਾਰਾਜ ਜੀ ਕਹਿੰਦੇ ਸ਼ਬਦ ਗੁਰੂ ਦੇ ਨਾਲ ਜਦੋਂ ਮਨੁੱਖ ਜੁੜਦਾ ਹੈ ਨਾ ਫਲਗੁਣ ਆਨੰਦ ਉਪਾਰ ਦਿੰਦਾ ਉਹਦੀ ਜ਼ਿੰਦਗੀ ਦੇ ਵਿੱਚ ਆਨੰਦ ਆ ਜਾਏਗਾ। ਸਤਿਗੁਰੂ ਨੇ ਬਾਣੀ ਚ ਆਖਿਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਦੇ ਕਿਰਪਾ ਕਰੇ ਗਿਆ। ਸਤਿਗੁਰੂ ਨੇ ਬਾਣੀ ਚ ਸਮਝਾ ਦਿੱਤਾ ਕਿ ਆਨੰਦ ਗੁਰੂ ਕੋਲੋਂ ਮਿਲਣਾ ਹੈ। ਭਾਗਾ ਬਾਣੀ ਦੁਨੀਆਂ ਦਾ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੈਂ ਸੁਖੀ ਹੋ ਜਾਵਾਂ, ਮੈਨੂੰ ਸੁੱਖ ਦੀ ਦਾਤ ਪ੍ਰਾਪਤ ਹੋ ਜਾਵੇ, ਮੇਰਾ ਮਨ ਸਥਿਰ ਹੋ ਜਾਵੇ, ਮੇਰੇ ਮਨ ਨੂੰ ਟਿਕਾ ਮਿਲ ਜਾਵੇ, ਮੇਰਾ ਮਨ ਬੜਾ ਬੇਚੈਨ ਹੈ, ਸ਼ਬਦ ਵਿਚਾਰ ਦੇ ਨਾਲ ਮੈਂ ਇਸ ਮਨ ਨੂੰ ਆਪਣੇ ਗੁਰੂ ਦੇ ਨਾਲ ਜੋੜ ਲਵਾਂ। ਦੁਨੀਆਂ ਦਾ ਹਰ ਇੱਕ ਬੰਦਾ ਚਾਹੁੰਦਾ, ਪਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਿਆਰਿਆ ਜੇ ਤੂੰ ਸੁੱਖ ਚਾਹੁੰਦਾ ਨਾ ਸਾਰੇ ਆਸਰੇ ਬੰਨੇ ਛੱਡ ਕੇ ਆਪਣੇ ਗੁਰੂ ਕੋਲ ਆ ਜਾ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਐ, ਦਰਸ਼ਨ ਭੇਟਕ ਹੋਰ ਆਨੰਦਾ, ਦੁੱਖ ਗਿਆ ਹਰ ਗਾਈਐ, ਹਰ ਸੁਪੀਓ ਭਾਈ ਨਾਮ ਜਪੋ ਨਾਮੋ ਆਨੰਦ ਗੁਰਪੁਰੇ ਕੀ ਸ਼ਰਣਾਈ। ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਜਾ, ਜ਼ਿੰਦਗੀ ਦੇ ਵਿੱਚੋਂ ਦੁੱਖਾਂ ਦਾ ਨਾਸ਼ ਹੋ ਜਾਏਗਾ, ਸੁੱਖਾਂ ਦਾ ਪ੍ਰਕਾਸ਼ ਹੋ ਜਾਏਗਾ। ਪਰ ਸ਼ਰਤ ਹੈ ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਸਾਰੇ ਸੁੱਖ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਹਨ। ਇਸ ਕਰਕੇ ਆਪਾਂ ਕੀ ਕਰਨਾ ਹੈ, ਫੱਗਣ ਮਹੀਨੇ ਦੀ ਸੰਗਰਾਂਦ ਦੇ ਰਾਹੀਂ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜਦੋਂ ਸਿਆਲੀ ਰੁੱਤ ਦੀ ਜਿਹੜੀ ਕਰਮੀ ਸਰਦੀ ਹੈ ਨਾ ਇਹਦੇ ਵਿੱਚੋਂ ਮਨੁੱਖ ਨੇ ਬਾਹਰ ਲੰਘਣਾ ਹੈ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿੰਨੀ ਜ਼ਿਆਦਾ ਠੰਡ ਪਈ ਹੈ, ਹੁਣ ਇਸ ਤੋਂ ਬਾਅਦ ਬਹਾਰ ਆਏਗੀ, ਇਸ ਤੋਂ ਬਾਅਦ ਧੁੱਪਾਂ ਚੜ੍ਹ ਰਹੀ ਹੈ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਹੋਲੀ ਦੇ ਰੰਗਾਂ ਦੇ ਵਿੱਚ ਮਨੁੱਖ ਆਨੰਦ ਲੱਭਦਾ ਫਿਰਦਾ। ਇਸ ਕਰਕੇ ਪਿਆਰਿਆ ਤੈਨੂੰ ਗੁਰੂ ਨੇ ਨਾਮ ਦੇ ਰੰਗ ਦੇ ਨਾਲ ਜੋੜਿਆ, ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਸੱਜਣ ਆ ਗਿਆ, ਸੱਜਣ ਕੌਣ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬਹਿਜਿਆ ਸੋਹੀਐ ਸਭਨਾ ਦਾ ਵੇਸਾ। ਇਸ ਕਰਕੇ ਸੱਜਣ ਕੌਣ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ। ਗੁਰੂ ਸਾਹਿਬ ਜੀ ਇੱਕ ਐਸੇ ਮਿੱਤਰ ਨੇ ਜਿਹੜੇ ਸਾਨੂੰ ਕਦੀ ਵੀ ਧੋਖਾ ਨਹੀਂ ਦਿੰਦੇ, ਕਦੀ ਵੀ ਸਾਨੂੰ ਦੁੱਖ ਦੇ ਵਿੱਚ ਛੱਡ ਕੇ ਨਹੀਂ ਜਾਂਦਾ। ਦਰਿਆਵੀ ਤੌਰ 'ਤੇ ਆਪਾਂ ਸੱਜਣ ਬਣਾਉਂਦੇ ਹਾਂ, ਆਪਣੇ ਮਿੱਤਰ ਬਣਾਉਂਦੇ ਹਾਂ, ਆਪਾਂ ਨੂੰ ਉਮੀਦ ਹੁੰਦੀ ਹੈ ਕਿ ਇਹ ਸਾਡਾ ਔਖੇ ਵੇਲੇ ਸਾਥ ਦੇਣਗੇ। ਭਾਗਾ ਵਾਲਿਓ ਕਈ ਵਾਰ ਇਹ ਸੱਜਣ ਸਾਨੂੰ ਛੱਡ ਕੇ ਚਲੇ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ 'ਤੇ ਸਾਡਾ ਕਿੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ, ਟਰੱਸਟ ਹੋਣਾ ਚਾਹੀਦਾ ਹੈ, ਅਟੁੱਟ ਵਿਸ਼ਵਾਸ ਜਿੰਨਾ ਹੋਵੇ। ਸਾਨੂੰ ਪੂਰੀ ਉਮੀਦ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਦੁੱਖ ਦੇ ਵਿੱਚ ਵੀ ਸਿੱਖ ਦੀ ਅਗਵਾਈ ਕਰਦੀ ਹੈ, ਸੁੱਖ ਜੇ ਘਰ ਵਿੱਚ ਨਹੀਂ ਹੈ ਪ੍ਰਾਪਤੀ ਕਿਵੇਂ ਕਰਨੀ ਹੈ, ਇਹ ਵੀ ਸਾਨੂੰ ਸਤਿਗੁਰ ਦੀ ਬਾਣੀ ਸਮਝਾਉਂਦੀ ਹੈ। ਇਸ ਕਰਕੇ ਸਾਹਿਬ ਨੇ ਆਖਿਆ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜਿਹੜੇ ਚੰਗੇ ਮਨੁੱਖ ਹੁੰਦੇ ਨੇ ਨਾ ਇਹ ਤੁਹਾਨੂੰ ਰੱਬ ਦੇ ਨਾਲ ਜੋੜਦੇ ਨੇ। ਸੰਤ ਤੋਂ ਭਾਵ ਹੁੰਦਾ ਹੈ ਚੰਗੀ ਬਿਰਤੀ ਦੇ ਮਨੁੱਖ। ਸੰਤ ਸਹਾਈ, ਸਹਾਈ ਦਾ ਅਖਰੀ ਅਰਥ ਹੈ ਸਹਾਇਤਾ ਕਰਨ ਵਾਲਾ, ਹੈਲਪ ਕਰਨ ਵਾਲਾ, ਮਦਦ ਕਰਨ ਵਾਲਾ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜਦੋਂ ਮੈਂ ਚੰਗੇ ਮਨੁੱਖਾਂ ਦੀ ਸੰਗਤ ਕੀਤੀ ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਔਰ ਮੈਂ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਗਿਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
ਮਨ ਹਾਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਜਿਹੜਾ ਸਾਡਾ ਮਨ ਹੈ ਨਾ ਇਹਦੇ ਅੰਦਰ ਪਰਮਾਤਮਾ ਦੀ ਜੋਤ ਹੈ, ਮਨੁੱਖ ਨੇ ਪਹਿਚਾਣ ਕਰਨੀ ਹੈ ਮਨ ਤੋਂ ਜੋਤ ਸਰੂਪ, ਆਪਣਾ ਮੂਲ ਪਛਾਣ ਆਪਣੇ ਆਪ ਦੀ ਪਹਿਚਾਣ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਵਾਸ ਕਿਹਦੇ ਆ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੁਰਮਤੀ ਰੰਗ ਮਾਨ ਗੁਰੂ ਦੀ ਮੱਤ ਲੈ ਕੇ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਸੋਹਣੇ ਸੁਚੱਜੇ ਢੰਗ ਦੇ ਨਾਲ ਜਿਉਣਾ ਹੈ। ਅੱਗੇ ਸਾਹਿਬ ਜੀ ਕਿਰਪਾ ਕਰਦੇ ਨੇ, ਸੇਜ ਸੁਹਾਵੇ ਸਰਬ ਸੁੱਖ ਹੁਣ ਦੁੱਖਾਂ ਨਾਹੀਂ ਜਾਏ। ਸੇਜ ਤੋਂ ਭਾਵ ਹੁੰਦਾ ਹੈ ਹਿਰਦਾ ਰੂਪੀ ਘਰ। ਭਗਾ ਵਾਲਿਓ, ਸ਼ਬਦ ਦੇ ਵਿਚਾਰ ਨੂੰ ਸਮਝਣ ਵਾਸਤੇ ਸਾਡਾ ਧਿਆਨ ਹੋਣਾ ਬਹੁਤ ਜ਼ਰੂਰੀ ਹੈ। ਜਿੱਥੇ ਆਪਾਂ ਗੱਲ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਹੋਣੇ ਆ ਨਾ, ਉੱਥੇ ਮਨ ਦਾ ਹਾਸਲ ਹੋਣਾ ਬਹੁਤ ਜ਼ਰੂਰੀ ਹੈ। ਮੈਂ ਹਰ ਤਰ੍ਹਾਂ ਦੇਵ ਜੀ ਕਹਿੰਦਾ ਹੁੰਦਾ, ਤਿੰਨ ਚੀਜ਼ਾਂ ਹੁੰਦੀਆਂ। ਸਭ ਤੋਂ ਪਹਿਲਾਂ ਸਿੱਖ ਨੂੰ ਬਾਣੀ ਪੜ੍ਹਨੀ ਆਉਣੀ ਚਾਹੀਦੀ, ਗੁਰਬਾਣੀ ਨੂੰ ਪੜ੍ਹੀ ਦਾ ਕਿਵੇਂ ਹੈ। ਦੂਜੀ ਚੀਜ਼ ਹੁੰਦੀ ਹੈ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ, ਗੁਰੂ ਸਾਹਿਬ ਜੀ ਸਾਨੂੰ ਬਾਣੀ ਵਿੱਚ ਕਹਿਣਾ ਕੀ ਚਾਹੁੰਦੇ ਨੇ। ਤੀਜੀ ਚੀਜ਼ ਹੁੰਦੀ ਹੈ ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝਣਾ, ਜੋ ਗੁਰ ਕਹਿ ਸੋਈ ਭਲ ਮੰਨੋ। ਬੜੇ ਧਿਆਨ ਦੇ ਨਾਲ ਗੁਰੂ ਕੀ ਪਾਵਨ ਬਾਣੀ ਦਾ ਕੀਰਤਨ ਸੁਣਨਾ, ਕਥਾ ਸੁਣਨੀ, ਕਥਾ ਸੁਣ ਕੇ ਕੀਰਤਨ ਸੁਣ ਕੇ ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ ਉਸ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਣਾ। ਫਿਰ ਮਨੁੱਖ ਸੁਚੱਜੇ ਢੰਗ ਦੇ ਨਾਲ ਆਪਣੇ ਜੀਵਨ ਨੂੰ ਜਿਉ ਸਕਦਾ ਹੈ। ਭਗਾ ਵਾਲਿਓ, ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ ਸੇਜ ਸੁਹਾਵੀ ਹਿਰਦਾ ਰੂਪੀ ਘਰ ਫਿਰ ਸੋਹਣਾ ਬਣ ਜਾਵੇਗਾ। ਜਦੋਂ ਗੁਰੂ ਦਾ ਗਿਆਨ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਗਿਆ, ਮੈਨੂੰ ਸੁੱਖ ਮਿਲ ਗਿਆ, ਮੈਨੂੰ ਆਨੰਦ ਮਿਲ ਗਿਆ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਫਿਰ ਕੀ ਹੋਏਗਾ, ਸੇਜ ਸੁਹਾਵੀ ਸਰਬ ਸੁੱਖ, ਜਿਹੜਾ ਮੇਰਾ ਹਿਰਦੇ ਰੂਪੀ ਘਰ ਹੈ ਨਾ ਇਹਦੇ ਵਿੱਚ ਹਮੇਸ਼ਾ ਹੀ ਸੁੱਖ ਰਹੇਗਾ, ਹੁਣ ਦੁੱਖਾਂ ਨਾ ਹੀ ਜਾਏ। ਜ਼ਿੰਦਗੀ ਦੇ ਵਿੱਚੋਂ ਦੁੱਖ ਖਤਮ ਹੋ ਜਾਣਗੇ, ਦੁੱਖਾਂ ਦਾ ਨਾਸ਼ ਹੋ ਜਾਵੇਗਾ। ਜਦੋਂ ਮੈਂ ਗੁਰੂ ਦੇ ਸ਼ਬਦ ਦੇ ਵਿਚਾਰ ਨੂੰ ਸੁਣਿਆ ਨਾ, ਫਿਰ ਉਹਨਾਂ ਜੀਵ ਨੂੰ ਇਸਤਰੀਆਂ ਦੇ ਹਿਰਦੇ ਦੇ ਵਿੱਚੋਂ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ, ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਹ ਚ ਪੁੰਨੀ ਵੱਡ ਭਾਗ ਨੇ, ਵਰ ਪਾਇਆ ਹਰ ਰਾਏ। ਗੁਰੂ ਸਾਹਿਬ ਜੀ ਕਹਿੰਦੇ ਉਹ ਜੀਵ ਰੂਪ ਇਸਤਰੀਆਂ, ਉਹ ਮਨੁੱਖ ਬੜੇ ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਜਿਉਂਦੇ ਜੀ ਆਪਣੇ ਗੁਰੂ ਦੇ ਨਾਲ ਜੁੜੇ ਹੋਏ ਹਨ। ਭਾਗਾਂ ਵਾਲੇ ਖਾਸ ਰੱਖਣਾ, ਆਮ ਤੌਰ ਤੇ ਜਦੋਂ ਮਨੁੱਖ ਸੰਸਾਰ ਤੋਂ ਜਾਂਦਾ ਹੈ ਨਾ, ਕਈ ਵਾਰ ਸਵਾਲ ਕੀਤਾ ਜਾਂਦਾ ਕਿ ਬੰਦਾ ਸਵਰਗ ਵਿੱਚ ਗਿਆ ਕਿ ਨਰਕ ਵਿੱਚ ਗਿਆ। ਗੁਰੂ ਦੀ ਪਾਵਨ ਬਾਣੀ ਨੇ ਸਮਝਾਇਆ, ਬਾਬਾ ਕਬੀਰ ਜੀ ਕਹਿੰਦੇ ਜਿਵੇਂ ਜਿਉਂਦੇ ਜੀ ਆਪਣੇ ਗੁਰੂ ਦੇ ਨਾਲ ਜੁੜਿਆ ਮੇਰੀ ਜ਼ਿੰਦਗੀ ਸਵਰਗ ਹੈ, ਜਿਵੇਂ ਜਿਉਂਦੇ ਜੀ ਆਪਣੇ ਗੁਰੂ ਕੋਲ ਟੁੱਟ ਚੁੱਕਾ ਹਾਂ ਤਾਂ ਮੇਰੀ ਜ਼ਿੰਦਗੀ ਜਿਹੜੀ ਹੈ ਨਰਕ ਹੈ। ਇਸ ਕਰਕੇ ਡਿਪੈਂਡ ਮਨੁੱਖ ਉੱਤੇ ਹੈ, ਇਹ ਮਨੁੱਖ ਨੇ ਦੇਖਣਾ ਕਿ ਮੈਂ ਜ਼ਿੰਦਗੀ ਸਵਰਗਾਂ ਵਾਲੀ ਜਿਉਣੀ ਹੈ ਕਿ ਨਰਕਾਂ ਵਾਲੀ ਜਿਉਣੀ। ਇਸ ਕਰਕੇ ਗੁਰੂ ਦੇ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜਦਾ ਹੈ ਉਹਦੇ ਸਵਾਸ ਸਫਲ ਨੇ। ਇਸ ਕਰਕੇ ਸਤਿਗੁਰੂ ਨੇ ਸਮਝਾਇਆ ਇਹ ਚ ਪੁੰਨੀ ਵੱਡ ਭਾਗ ਨਹੀਂ, ਮੇਰੀਆਂ ਸਾਰੀਆਂ ਜਿਹੜੀਆਂ ਮਨ ਦੀਆਂ ਮਨੋਕਾਮਨਾਵਾਂ ਨੇ ਨਾ, ਮੇਰੀਆਂ ਇੱਛਾਵਾਂ ਨੇ ਇਹ ਪੂਰੀਆਂ ਹੋ ਗਈਆਂ, ਮੈਂ ਵੱਡਿਆਂ ਭਾਗਾਂ ਵਾਲਾ ਹੋ ਗਿਆ ਹਾਂ। ਵਰ ਪਾਇਆ ਹਰ ਰਾਏ, ਵਰ ਤੋਂ ਭਾਵ ਹੁੰਦਾ ਕਸਮ ਪ੍ਰਭੂ, ਜਦੋਂ ਪ੍ਰਮਾਤਮਾ ਮੈਨੂੰ ਮਿਲ ਗਿਆ, ਗੁਰੂ ਦਾ ਗਿਆਨ ਮੇਰੇ ਹਿਰਦੇ ਰੂਪੀ ਘਰ ਦਾ ਸ਼ਿੰਗਾਰ ਬਣ ਗਿਆ, ਸਭ ਕੁਝ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਮਨੁੱਖ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ। ਅੱਗੇ ਸਿਰ ਜੀ ਕਹਿੰਦੇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਉਹ ਜਿਹੜੀਆਂ ਸਤਸੰਗੀਆਂ ਸਹੇਲੀਆਂ ਨੇ ਨਾ, ਉਹਨਾਂ ਨੂੰ ਜਦੋਂ ਪ੍ਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ, ਜਦੋਂ ਉਹ ਜੀਵ ਰੂਪ ਇਸਤਰੀ ਆਪਣੇ ਗੁਰੂ ਦੇ ਨਾਲ ਮਿਲਦੀਆਂ ਹਨ,
ਜ਼ਿੰਦਗੀ ਦੇ ਵਿੱਚ ਸਵਰਗ ਬਣ ਗਿਆ, ਜ਼ਿੰਦਗੀ ਸਵਰਗ ਬਣ ਗਈ ਹੈ, ਆਨੰਦ ਆ ਗਿਆ, ਗਿਆਨ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ। ਸਿੱਖ ਧਰਮ ਦੇ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਪ੍ਰਚਾਰ ਕਰਦੇ ਕਰਦੇ ਨਾ ਸੁਮੇਰ ਪਰਬਤ ਤੇ ਪਹੁੰਚੇ, ਉੱਥੇ ਸਿੱਧਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ, ਕਹਿੰਦੇ ਮਹਾਰਾਜ ਤੁਹਾਡਾ ਗੁਰੂ ਕੌਣ ਹੈ, ਤੇਰਾ ਕੌਣ ਗੁਰੂ ਜਿਸ ਕਲ ਨੂੰ ਚੇਲਾ। ਆਪਾਂ ਸਿਰਫ ਕੁਛ ਬਾਣੀ ਵਿੱਚੋਂ ਪੜ੍ਹਦੇ, ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਜਵਾਬ ਦਿੱਤਾ ਉਹਨਾਂ ਸਿੱਧਾ ਨੂੰ, ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਮੇਰਾ ਗੁਰੂ ਹੈ, ਜਿਹੜੀ ਮੇਰੀ ਸੁਰਤ ਹੈ ਇਹ ਸਿੱਖ ਹੈ। ਇਸ ਕਰਕੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਖਸਮ ਪਰਮਾਤਮਾ ਦੇ ਨਾਲ ਜੋੜਿਆ, ਸ਼ਬਦ ਦੇ ਨਾਲ ਜੋੜਿਆ। ਸ਼ਬਦ ਕੀ ਹੈ? ਗੁਰੂ ਦੀ ਬਾਣੀ। ਸ਼ਬਦ ਵਿੱਚੋਂ ਹਮੇਸ਼ਾ ਗਿਆਨ ਪ੍ਰਾਪਤ ਹੁੰਦਾ ਹੈ। ਸਾਡਾ ਬੱਚਾ ਸਕੂਲ ਵਿੱਚ ਜਾਵੇ, ਜੇ ਇਹਨੂੰ ਦੋ ਦਾ ਪਹਾੜਾ ਨਹੀਂ ਹੁੰਦਾ, ਟੀਚਰ ਬੜੇ ਪਿਆਰ ਦੇ ਨਾਲ ਸਮਝਾਉਂਦਾ ਨਾ ਵੀ ਦੋ ਦੂਣੀ ਚਾਰ ਹੁੰਦਾ, ਦੋ ਦੀਆਂ ਛੇ ਹੁੰਦਾ, ਇਹ ਵੀ ਸੀ ਕਿਵੇਂ ਸਿੱਖਣੀ ਹੈ, ਊੜਾ ਐੜਾ ਜਿਹੜੀ ਕਿਵੇਂ ਸਿੱਖਣਾ ਹੈ। ਬੱਚਾ ਬੜੇ ਧਿਆਨ ਦੇ ਨਾਲ ਟੀਚਰ ਦੀ ਗੱਲ ਨੂੰ ਸੁਣੇਗਾ, ਜਦੋਂ ਉਹ ਸੁਣਦਾ ਹੈ ਟੀਚਰ ਬੱਚੇ ਨੂੰ ਗਿਆਨ ਵੰਡ ਰਿਹਾ ਹੈ। ਇਸ ਕਰਕੇ ਗਿਆਨ ਜਿਹੜਾ ਮਨੁੱਖ ਧਾਰਨ ਕਰੇਗਾ, ਗਿਆਨ ਨੂੰ ਸਮਝੇਗਾ, ਉਹ ਮਨੁੱਖ ਸਿਆਣਾ ਹੋ ਜਾਏਗਾ। ਇਸ ਕਰਕੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਗਾਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਵਾਕ ਆਪਾਂ ਪੜ੍ਹਦੇ, ਸਤਿਗੁਰ ਨੇ ਬਾਣੀ 'ਚ ਆ ਕੇ ਆਪ ਮਨ ਜਾਗਤ ਰਹੋ ਰੇ ਭਾਈ, ਗਾਪਲ ਹੋਏ ਕਿ ਜਨਮ ਗਵਾਇਓ ਚੋਰ ਮੂਸੈ ਘਰ ਜਾਈ। ਘਰ ਦੇ ਵਿੱਚ ਆਪਾਂ ਜਾਗਦੇ ਹੋਈਏ ਨਾ ਚੋਰ ਨਹੀਂ ਆਏਗਾ। ਜਦੋਂ ਮਨੁੱਖ ਸੋ ਜਾਂਦਾ ਹੈ, ਗਹਿਰੀ ਨੀਂਦ ਵਿੱਚ ਸੋ ਜਾਂਦਾ ਹੈ ਨਾ, ਚੋਰ ਆਉਂਦਾ ਹੈ, ਆਪਣਾ ਕੰਮ ਕਰਕੇ ਚੋਰੀ ਕਰਕੇ ਤਬਾਹੀ ਪਹੁੰਚਾ ਕੇ ਚਲਾ ਜਾਂਦਾ ਹੈ, ਬਾਅਦ ਵਿੱਚ ਪਛਤਾਵਾ ਹੀ ਬੱਲੇ ਪੈਂਦਾ ਹੈ। ਇਸ ਕਰਕੇ ਭਾਈ ਗੁਰਦਾਸ ਨੇ ਲਿਖਿਆ, ਕਹਿੰਦੇ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ, ਜ਼ਿੰਦਗੀ ਉਹੀ ਰਾਤ ਲੰਘਦੀ ਜਾ ਰਹੀ ਹੈ। ਕਈ ਵਾਰ ਆਪਾਂ ਦੇਖਦੇ ਹਾਂ ਨਾ ਮਨੁੱਖ ਸੋਚਦਾ ਵੀ ਜਵਾਨ ਹੋਵਾਂਗੇ ਉਦੋਂ ਰੱਬ ਦਾ ਨਾਮ ਜਪ ਲਵਾਂਗੇ, ਜਦੋਂ ਜਵਾਨ ਹੁੰਦਾ ਹੈ ਕਹਿੰਦਾ ਬੁਢੇਪਾ ਆਏਗਾ ਫਿਰ ਪਰਮਾਤਮਾ ਦਾ ਨਾਮ ਜਪ ਲਵਾਂਗੇ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ, ਆਠ ਪੈਰ ਅਨਾਦੀ ਹੈ ਪੂਰੇ ਸਤਿਗੁਰ ਗਿਆਨ, ਅੱਠਾਂ ਪੈਰ ਹਮੇਸ਼ਾ ਰੱਬ ਨੂੰ ਧਿਆਉਣਾ ਹੈ। ਧਿਆਉਣਾ ਕਿਵੇਂ ਹੈ? ਜਿਵੇਂ ਸਤਿਗੁਰ ਨੇ ਗੁਰਬਾਣੀ ਵਿੱਚ ਸਮਝਾਇਆ, ਇੱਕ ਬੱਚਾ ਪਤੰਗ ਉਡਾ ਰਿਹਾ ਹੈ, ਕੋਠੇ ਦੇ ਉੱਤੇ ਖੜਾ ਹੋਇਆ ਹੈ, ਪਤੰਗ ਉਡਾ ਰਿਹਾ ਹੈ, ਮਾਂ ਨੇ ਆਵਾਜ਼ ਮਾਰੀ ਪੁੱਤਰ ਰੋਟੀ ਪਾਣੀ ਤਿਆਰ ਹੈ, ਪ੍ਰਸ਼ਾਦਾ ਤਿਆਰ ਹੈ, ਛਕਣਾ। ਬੱਚਾ ਪਤੰਗ ਵੀ ਉਡਾ ਰਿਹਾ ਹੈ, ਆਪਣੀ ਮਾਂ ਵੱਲੋਂ ਕੀਤੇ ਗਏ ਜਿਹੜੇ ਸਵਾਲ ਨੇ ਜਾਂ ਗੱਲਾਂ ਨੇ ਉਹਨਾਂ ਦਾ ਜਵਾਬ ਵੀ ਦੇ ਰਿਹਾ। ਆਜੀ ਦੇ ਕਾਗਜ਼ ਕਾਟਲੇ ਗੁੱਡੀ ਆਕਾਸ਼ ਮੱਧੇ ਮੱਧੇ ਕਹਿੰਦੇ ਨੇ ਵਿੱਚ, ਆਕਾਸ਼ ਦੇ ਵਿੱਚ ਪਤੰਗ ਉੱਡ ਰਿਹਾ ਹੈ। ਪੰਜ ਜਨਾਬ ਸਿਓ ਬਾਦ ਪਤੋਆ ਚੀਤ ਸੰਡੋਰੀ ਰਾਖੀ ਹੈ, ਉਹਦਾ ਚਿੱਤ ਕਿੱਥੇ ਉਸ ਪਤੰਗ ਦੇ ਵਿੱਚ, ਔਰ ਨਾਲ ਨਾਲ ਜਵਾਬ ਵੀ ਦੇ ਰਿਹਾ। ਇਸੇ ਤਰੀਕੇ ਦੇ ਨਾਲ ਸਤਿਗੁਰ ਨੇ ਬਾਣੀ 'ਚ ਆਖਿਆ, ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਮਨੁੱਖ ਨੇ ਮੌਤ ਨੂੰ ਵੀ ਸਾਰ ਦਿੱਤਾ ਹੈ। ਇਸ ਕਰਕੇ ਪਿਆਰੇ, ਜੇ ਤੂੰ ਰੱਬ ਨੂੰ ਯਾਦ ਕਰੇਗਾ, ਉਹਦੀ ਇਬਾਦਤ ਉਹਦੀ ਭਗਤੀ ਕਰੇਗਾ, ਤਾਂ ਤੇਰੀ ਜ਼ਿੰਦਗੀ ਜਿਹੜੀ ਹੈ ਸੋਹਣੀ ਤੇ ਆਨੰਦਮਈ ਬਣ ਜਾਵੇਗੀ। ਹਰ ਜਿਹਾ ਅਮਰ ਨਾ ਦਿਸਈ, ਪਰਮਾਤਮਾ ਵਰਗਾ ਹੋਰ ਕੋਈ ਵੀ ਨਹੀਂ ਹੈ, ਕੋਈ ਦੂਜਾ ਦਵੇ ਨਾ ਲਾਏ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਅੱਜ ਸਾਨੂੰ ਫੱਗਣ ਮੇਲੇ ਦੀ ਸੰਗਰਾਂਦ ਰਾਹੀਂ ਇਹ ਸਮਝਾ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਰਗਾ ਹੋਰ ਕੋਈ ਵੀ ਨਹੀਂ ਹੈ। ਹਰ ਜਿਹਾ ਅਮਰ ਨਾ ਦਿਸਈ, ਮੈਨੂੰ ਕੋਈ ਦਿਸਦਾ ਹੀ ਨਹੀਂ, ਕੋਈ ਦੂਜਾ ਦਵੇ ਨਾ ਲਾਏ, ਮੇਰੇ ਨੇੜੇ ਤੇੜੇ ਹੋਰ ਕੋਈ ਹੈ ਹੀ ਨਹੀਂ। ਹਲਤ ਆ ਵਾਲਾ ਸਮਾਂ ਜਿਹੜਾ ਚੱਲ ਰਿਹਾ, ਪਲਤ ਆਉਣ ਵਾਲਾ ਸਮਾਂ, ਸਵਾਲ ਆਉਣ
ਨੇਚਰ ਦਿੱਤੀਆਂ ਜਾਏ ਇੱਕ ਇੱਕ ਸ਼ਬਦ ਕਈ ਕਈ ਅਕਰੀਅਤ ਕੀਤੇ ਨੇ ਪ੍ਰੋਫੈਸਰ ਸਾਹਿਬ ਸਿੰਘ ਨੇ। ਭਗਵਾਨ ਮਾਫ ਕਰਨਾ, ਅੱਜ ਸਿੱਖ ਕੌਮ ਨੂੰ ਪੜ੍ਹਨ ਦੀ ਆਦਤ ਨਹੀਂ ਹੈ। ਆਪਾਂ ਇਹ ਸੋਚਦੇ ਹਾਂ ਵੀ ਬਾਣੀ ਕੋਈ ਪੜ੍ਹ ਜਾਵੇ ਉਹਦਾ ਜਿਹੜਾ ਫਲ ਹੈ ਨਾ ਅਰਦਾਸ ਦੇ ਰੂਪ ਦੇ ਵਿੱਚ ਸਾਨੂੰ ਮਿਲ ਜਾਵੇ, ਆਪਾਂ ਇਹ ਸੋਚਦੇ ਹਾਂ। ਬਾਣੀ ਸਾਡੇ ਸਾਰਿਆਂ ਵਾਸਤੇ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਇੱਕ ਵੀ ਐਸਾ ਸ਼ਬਦ ਤੁਹਾਨੂੰ ਨਹੀਂ ਮਿਲੇਗਾ ਕਿ ਇਹ ਬਾਣੀ ਕਿਹੜੇ ਧਾਰਮਿਕ ਬੰਦਿਆਂ ਵਾਸਤੇ ਹੈ। ਇਸ ਬਾਣੀ ਨੂੰ ਖੱਤਰੀ ਪੜ੍ਹ ਸਕਦਾ ਹੈ, ਈਸਾਈ ਵੀ ਪੜ੍ਹ ਸਕਦਾ ਹੈ, ਹਿੰਦੂ ਵੀਰ ਵੀ ਪੜ੍ਹ ਸਕਦਾ ਹੈ, ਮੁਸਲਮਾਨ ਵੀਰ ਵੀ ਪੜ੍ਹ ਕੇ ਉਪਦੇਸ਼ ਲੈ ਸਕਦਾ ਹੈ। ਸਤਿਗੁਰ ਨੇ ਬਾਣੀ ਚ ਆਖਿਆ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਣਾ ਕੋ ਸਾਂਝਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਸਾਡੇ ਸਾਰਿਆਂ ਵਾਸਤੇ ਹੈ। ਇਸ ਕਰਕੇ ਭਾਗਾਂ ਵਾਲਿਓ, ਪੁਰਾਣੇ ਸਮੇਂ ਦੇ ਵਿੱਚ ਸਿੱਖ ਜੰਗਾਂ ਜੁੱਧਾਂ ਲੜਦੇ ਰਹੇ। ਪੁਰਾਣੇ ਸਮੇਂ ਦੇ ਵਿੱਚ ਤੁਸੀਂ 17ਵੀਂ ਸਦੀ ਦਾ ਇਤਿਹਾਸ ਪੜ੍ਹ ਲਓ, 16ਵੀਂ ਸਦੀ ਦਾ ਇਤਿਹਾਸ ਪੜ੍ਹ ਲਓ, ਜਦੋਂ ਸਿੱਖ ਘੋੜੇ ਲੈ ਕੇ ਜੰਗਲਾਂ ਦੇ ਵਿੱਚ ਗਏ ਨੇ, ਘਰ ਘਰ ਛੱਡ ਦਿੱਤੇ ਨੇ, ਉਹਨਾਂ ਕੋਲ ਇੱਕੋ ਚੀਜ਼ ਹੈ, ਉਹ ਹੈ ਗੁਰੂ ਦੀ ਬਾਣੀ। ਉਹਨਾਂ ਨੇ ਜੰਗਲਾਂ ਦੇ ਵਿੱਚ ਬੈਠ ਕੇ ਵੀ ਪੱਤੇ ਖਾ ਕੇ ਗੁਜ਼ਾਰਾ ਕੀਤਾ, ਪਰ ਜਪਜੀ ਸਾਹਿਬ ਦੀ ਬਾਣੀ ਦਾ ਆਸਰਾ ਨਹੀਂ ਛੱਡਿਆ। ਅੱਜ ਸਾਡੇ ਘਰ ਵਿੱਚ ਏਸੀ ਲੱਗੇ ਹੋਏ ਨੇ, ਗਰਮ ਹੀਟਰ ਲੱਗੇ ਹੋਏ ਨੇ, ਮਖਮਲੇ ਗੱਦਿਆਂ ਤੇ ਆਪਾਂ ਸੋਨੇ ਆ, ਸੋਹਣਾ ਸਾਡੇ ਕੋਲ ਬਿਸਤਰਾ ਹੈ, ਪਰ ਫਿਰ ਵੀ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਭੁੱਲਦੇ ਜਾ ਰਹੇ ਹਾਂ। ਦੂਜੇ ਪਾਸੇ ਆਪਾਂ ਦੇਖੀਏ, ਚਾਰੋਂ ਪਾਸੇ ਦੁਸ਼ਮਣ ਫੌਜਾਂ ਖੜੀਆਂ ਹੋਈਆਂ ਨੇ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ ਹੈ। ਕੋਈ ਵੀ ਸਾਹਿਬਜ਼ਾਦਿਆਂ ਦਾ ਉੱਥੇ ਹਮਦਰਦੀ ਨਹੀਂ ਹੈ, ਇੱਕ ਵੀ ਬੰਦਾ ਸਾਹਿਬਜ਼ਾਦਿਆਂ ਦੀ ਗੱਲ ਨਹੀਂ ਕਰ ਰਿਹਾ। ਉਹਨਾਂ ਦੇ ਅੰਦਰ ਕਿੰਨੀ ਜੋਸ਼, ਕਿੰਨੀ ਦ੍ਰਿੜਤਾ ਹੋਏਗੀ, ਚਾਰੋਂ ਪਾਸੇ ਦੁਸ਼ਮਣ ਹੋਣ, ਗੁਰੂ ਕੇ ਲਾਲ ਨੀਹਾਂ ਵਿੱਚ ਖੁੱਲਦੇ ਹੋਣ, ਫਿਰ ਵੀ ਉਹਨਾਂ ਨੇ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹਿਆ, ਗਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਪਿੰਜਰੇ ਵਿੱਚ ਬੰਦ ਨੇ, ਸਾਹਮਣੇ ਭਾਈ ਮਨੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ, ਭਾਈ ਦਿਆਲਾ ਜੀ ਨੂੰ ਪਾਣੀ ਵਿੱਚ ਉਬਾਲਿਆ ਜਾ ਰਿਹਾ, ਦੇਗ ਵਿੱਚ ਉਬਾਲਿਆ ਜਾ ਰਿਹਾ, ਤਾਂ ਵੀ ਉਹਨਾਂ ਨੇ ਜਪਜੀ ਸਾਹਿਬ ਦਾ ਆਸਰਾ ਨਹੀਂ ਛੱਡਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਧੜ ਤੋਂ ਜੁਦਾ ਕਰਨ ਲੱਗੇ ਨੇ ਜਲਾਲ, ਗੁਰੂ ਸਾਹਿਬ ਨੇ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਗਾਇਆ, ਪੜ੍ਹਿਆ। ਮਾਫ ਕਰਨਾ ਪਿਆਰਿਓ, ਅੱਜ ਅਸੀਂ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ, ਅੱਜ ਅਸੀਂ ਗੁਰੂ ਕੋਲ ਆਉਂਦੇ ਹਾਂ, ਇੱਕੋ ਅਰਦਾਸ ਕਰਦੇ ਹਾਂ, ਮਹਾਰਾਜ ਮੈਨੂੰ ਸੁੱਖ ਦੇਵੀ। ਭਾਗਾਂ ਵਾਲਿਓ, ਅੱਜ ਇੱਕ ਮਾਂ ਅਰਦਾਸ ਕਰਦੀ ਹੈ, ਸੱਚੇ ਪਾਤਸ਼ਾਹ ਮੇਰਾ ਪੁੱਤਰ ਚੰਗਾ ਇੰਜੀਨੀਅਰ ਬਣ ਜਾਵੇ, ਚੰਗਾ ਡਾਕਟਰ ਬਣ ਜਾਵੇ, ਚੰਗਾ ਐਡਵੋਕੇਟ ਬਣ ਜਾਵੇ, ਚੰਗਾ ਟੀਚਰ ਬਣ ਜਾਵੇ। ਮਾਂ ਨੂੰ ਇਹ ਅਰਦਾਸ ਕਰਨੀ ਚਾਹੀਦੀ ਕਿ ਸੱਚੇ ਪਾਤਸ਼ਾਹ ਮੇਰਾ ਬੱਚਾ ਤੇ ਅਸੀਂ ਤੁਹਾਡੇ ਨਾਲ ਜਿਉਂਦੇ ਜੀ ਜੁੜੀਏ ਰਹੀਏ, ਹਮੇਸ਼ਾ ਤੁਹਾਡੀ ਇਬਾਦਤ ਤੁਹਾਡੀ ਭਗਤੀ ਕਰਦੇ ਰਹੀਏ, ਮੇਰਾ ਬੱਚਾ ਚੰਗਾ ਇਨਸਾਨ ਬਣ ਜਾਵੇ, ਇਹ ਅਰਦਾਸ ਕਰਨੀ ਸੀ। ਆਪਾਂ ਗੁਰੂ ਦੇ ਕੋਲੋਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਮੰਗਦੇ ਫਿਰਦੇ ਹਾਂ। ਸਤਿਗੁਰ ਨੇ ਬਾਣੀ ਚ ਆਖਿਆ ਪਿਆਰਿਆ, ਜੇ ਗੁਰੂ ਕੋਲੋਂ ਮੰਗਣਾ ਨਾ ਇੱਕ ਚੀਜ਼ ਮੰਗਿਆ ਕਰ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ, ਗੁਰੂ ਦੇ ਕੋਲੋਂ ਸਿਰਫ ਸਲਾਹ ਮੰਗਿਆ ਕਰੋ, ਗੁਰੂ ਕੋਲ ਆ ਕੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਮੇਰਾ ਜਿਹੜਾ ਸਿਦਕ ਹੈ, ਜਿਹੜੀ ਮੇਰੀ ਸਿੱਖੀ ਹੈ, ਇਹ ਕੇਸਰ ਸਵਾਸਾ ਸਿੰਘ ਨਿਭ ਜਾਵੇ, ਮੈਂ ਜਿਉਂਦੇ ਜੀ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਸਕਾਂ, ਮੇਰੇ ਸਵਾਸ ਸਫਲ ਹੋ ਜਾਣ, ਮੈਂ ਨਾਮ ਦੇ ਵਿਚਾਰ ਨੂੰ, ਬਾਣੀ ਦੇ ਵਿਚਾਰ ਨੂੰ, ਤੁਹਾਡੇ ਗੁਣਾਂ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਜਿਉ ਸਕਾਂ। ਖੈਰ ਸਮਾਂ ਸੀਮਤ ਹੈ, ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਸ਼ਬਦ ਦੇ ਵਿਚਾਰ ਫੱਗਣ ਮਹੀਨੇ ਦੇ ਰਾਹੀਂ ਮਨੁੱਖ ਨੇ ਆਪਣੀ ਜ਼ਿੰਦਗੀ ਦਾ ਸ਼ਬਦ ਦੇ ਵਿਚਾਰ ਨੂੰ ਜਦੋਂ ਆਧਾਰ ਬਣਾ ਲਿਆ, ਫਿਰ ਕੀ ਹੋਏਗਾ, ਫਲਤ
ਸਤਸੰਗਿਆ ਦਾ ਲੋਕ ਵੀ ਪਰਲੋਕ ਵੀ ਆਉਣ ਵਾਲਾ ਸਮਾਂ ਵੀ ਫਿਊਚਰ ਵੀ ਆਉਣ ਵਾਲਾ ਸਮਾਂ ਵੀ ਜਿਹੜਾ ਹੈ ਉਹ ਸਬਰ ਕਰਦਾ ਹੈ ਮਨੁੱਖ ਜਿਹੜਾ ਹੈ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਸੰਸਾਰ ਸਾਗਰ ਤੇ ਰੱਖੇ ਹਨ ਬਹੁਤ ਦਾ ਚੰਗਾ ਧਾਏ ਪ੍ਰਭੂ ਨੇ ਸੰਸਾਰ ਉੱਪਰ ਸਾਗਰ ਤੋਂ ਮੈਨੂੰ ਰੱਖ ਲਿਆ ਮੇਰਾ ਹੁਣ ਦੁਬਾਰਾ ਦੁਬਾਰਾ ਜਨਮ ਮਰਨ ਨਹੀਂ ਆਉਂਦਾ ਭਗਵਾਨ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਬੰਦਾ ਮਰਨ ਤੋਂ ਬਾਅਦ ਜੂਨਾਂ ਵਿੱਚ ਪੈਂਦਾ ਹੈ ਪਤਾ ਨਹੀਂ ਕਿਹੜੀ ਜੂਨ ਭੋਗ ਰਿਹਾ ਸਭ ਕੁਝ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੈਂ ਜਿਉਂਦੇ ਜੀਵ ਤੈਨੂੰ ਵਿਖਾ ਦਿੰਦਾ ਜਦੋਂ ਮਨੁੱਖ ਲਾਲਚ ਕਰਦਾ ਹੈ ਇਹ ਜਿਉਂਦੇ ਜੀਵ ਕੁੱਤੇ ਦੀ ਜੂਨ ਜਿਹੜਾ ਹੈ ਭੋਗ ਰਿਹਾ 84 ਲੱਖ ਜੂਨਾਂ ਤੋਂ ਬਾਅਦ ਮਨੁੱਖ ਨੂੰ ਮਨੁੱਖਾ ਜਨਮ ਮਿਲਿਆ ਸਤਿਗੁਰ ਨੇ ਬਾਣੀ ਚ ਆਖਿਆ ਭਈ ਪ੍ਰਾਪਤ ਮਾਨਕ ਦੇਹੁ ਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਮਰਿਆ ਮਨੁੱਖ ਨੂੰ ਗੁਰੂ ਨੇ ਸਰੀਰ ਦਿੱਤਾ ਹੈ ਇਸ ਸਰੀਰ ਦੇ ਨਾਲ ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਇਬਾਦਤ ਕਰਨੀ ਹੈ ਉਹਦੀ ਭਗਤੀ ਕਰਨੀ ਹੈ ਉਹਨੂੰ ਧਿਆਉਣਾ ਹੈ ਸੰਸਾਰ ਸਾਗਰ ਤੇ ਰੱਖਿਆ ਨੇ ਗੁਰੂ ਸਾਨੂੰ ਸੰਸਾਰ ਉੱਪਰ ਸਾਗਰ ਦੇ ਜਿਹੜਾ ਇਹ ਵਿਕਾਰਾਂ ਦੇ ਬੰਧਨਾਂ ਤੋਂ ਰੱਖ ਲੈਂਦਾ ਹੈ ਬਹੁਤ ਦਾ ਜਨਮ ਹੈ ਧਾਏ ਅਸੀਂ ਦੁਬਾਰਾ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਅੱਗੇ ਸਿਰ ਜੀ ਕਹਿੰਦੇ ਜੀਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ ਮੇਰੀ ਨਿੱਕੀ ਜੀ ਜੀਵ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਆ ਕੇ ਬਿਆਨ ਕਰਾਂ ਕਿਉਂਕਿ ਸਤਿਗੁਰ ਨੇ ਬਾਣੀ ਚ ਆਖਿਆ ਜੀਵਾ ਏਕ ਕਮਲ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਣੇ ਤੇਰੇ ਪੰਥ ਨਾਲ ਕਿਵੇਂ ਲਈ ਹੈ ਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਰੀ ਗੁਰੀ ਵਿਧਾਨਾ ਤੁਮਰੀ ਮਹਿਮਾ ਬਰਣਾ ਸਾਖੋ ਤੂੰ ਠਾਕੁਰ ਉੱਚ ਭਗਵਾਨਾ ਗੁਰੂ ਉੱਚਾ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਚਰਨ ਪਦ ਰਾਖੀ ਮੇਰੀ ਅਖੀਰਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਫਲਗੁਣ ਨਿਤ ਸੁਲਾਹੀ ਹੈ ਜਿਸ ਨੂੰ ਤਿਲ ਨਾ ਕਮਾਏ ਫੱਗਣ ਮਹੀਨੇ ਦੀ ਸੰਗਰਾਂਦ ਦੇ ਰਾਹੀਂ ਫੱਗਣ ਮਹੀਨੇ ਦੀ ਵਿਚਾਰ ਦੇ ਰਾਹੀਂ ਮਨੁੱਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਦਾ ਹੈ ਜਿਹੜੇ ਨਾਮ ਧਿਆਇਆ ਜਿਹੜੇ ਕਾਰਜ ਸਰੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਉਹਦੇ ਜਿਹੜੇ ਕਾਰਜ ਨੇ ਉਹ ਰਾਸ ਹੋ ਜਾਂਦੇ ਨੇ ਹਰ ਗੁਰ ਪੂਰਾ ਆਨੰਦ ਹੈ ਪੂਰੇ ਗੁਰੂ ਜਿਹੜਾ ਮਨੁੱਖ ਆਰਾਧਦਾ ਹੈ ਯਾਦ ਕਰਦਾ ਹੈ ਗੁਰੂ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾਉਂਦਾ ਹੈ ਸਤਿਗੁਰੂ ਜੀ ਕਿਰਪਾ ਕਰਦੇ ਦਰਗਾਹ ਸੱਚ ਕਰੇ ਆਉਣ ਵਾਲਾ ਸਮਾਂ ਦਰਗਾਹ ਦੇ ਵਿੱਚ ਵੀ ਮਨੁੱਖ ਜਿਹੜਾ ਹੈ ਸੁੱਖ ਪ੍ਰਾਪਤ ਕਰਦਾ ਹੈ ਸਰਬ ਸੁੱਖਾਂ ਨਿਜ ਚਰਨ ਹਰ ਪਉਜਲ ਬਿਕਰਮ ਤਰੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਨੇ ਸਰਬ ਸੁੱਖਾਂ ਨਿਜ ਸਰਬ ਤੋਂ ਭਾਵ ਹੁੰਦਾ ਸਾਰੇ ਉਸ ਮਨੁੱਖ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਸੁੱਖਾਂ ਦਾ ਖਜ਼ਾਨਾ ਉਹਦੇ ਹਿਰਦੇ ਵੀ ਘਰ ਦਾ ਸ਼ਿੰਗਾਰ ਬਣ ਜਾਂਦਾ ਹੈ ਹਰ ਪੌਜਲ ਬਿਕਰਮ ਤਰੇ ਜੈ ਤੋਂ ਮਨੁੱਖ ਟੁੱਟ ਜਾਂਦਾ ਹੈ ਅੰਮ੍ਰਿਤ ਦੇ ਨਾਲ ਜੁੜ ਜਾਂਦਾ ਹੈ ਇਸ ਕਰਕੇ ਸਤਿਗੁਰ ਨੇ ਬਾਣੀ ਚ ਆਖਿਆ ਪਿਆਰਿਆ ਅੰਮ੍ਰਿਤ ਨਾਮ ਦੀ ਦਾਨ ਹੈ ਮਿਲ ਵੀ ਉਹ ਭਾਰੀ ਅੰਮ੍ਰਿਤ ਨੂੰ ਵੀ ਨਾਮ ਦੇ ਨਾਲ ਖਜ਼ਾਨੇ ਦੇ ਨਾਲ ਮਨੁੱਖ ਨੇ ਜੁੜਦਾ ਹੈ ਪ੍ਰੇਮ ਭਗਤ ਤਿਲ ਪਾਈਆ ਲਿਖਿਆ ਨਾਏ ਜੜੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਸ਼ਬਦ ਦੇ ਵਿਚਾਰ ਦੇ ਨਾਲ ਜੁੜਦਾ ਹੈ ਉਹਦੀ ਜ਼ਿੰਦਗੀ ਵਿੱਚ ਪ੍ਰੇਮ ਆ ਜਾਂਦਾ ਹੈ ਜਿਵੇਂ ਮੁਹੱਬਤ ਜਿਨ ਸੇਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਖਿੱਚਿਆ ਜਿਹੜਾ ਮਨੁੱਖ ਜਦੋਂ ਗੁਰੂ ਦੇ ਨਾਲ ਜੁੜੇਗਾ ਗੁਰੂ ਦੇ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾਏਗਾ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਹਿਰ ਵਰਗੀ ਜਿਹੜੀ ਬਿਰਤੀ ਹੈ ਉਹ ਖਤਮ ਹੋ ਜਾਵੇਗੀ ਅੰਮ੍ਰਿਤ ਰੂਪ ਦੀ ਬਿਰਤੀ ਜ਼ਿੰਦਗੀ ਦਾ ਆਧਾਰ ਬਣ ਜਾਵੇਗੀ ਗੁਰੂ ਸਾਹਿਬ ਜੀ ਕਹਿੰਦੇ ਕੂੜ ਗਏ ਦੁਰਦਾ ਲੱਸੀ ਕੂੜ ਤੋਂ ਭਾਵ ਹੁੰਦਾ ਹੈ ਝੂਠ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਨਾ
ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਸਵਾਲ ਪੈਦਾ ਕੀਤੇ ਨੇ ਔਰ ਆਪ ਹੀ ਗੁਰੂ ਸਾਹਿਬ ਜੀ ਨੇ ਜਵਾਬ ਦਿੱਤੇ ਨੇ। ਜਿਵੇਂ ਆਪਾਂ ਜਪੁਜੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ, ਸਤਿਗੁਰੂ ਜੀ ਕਹਿੰਦੇ ਕਿ ਸੱਚਿਆਰਾ ਹੋਈ ਹੈ। ਇਹ ਸਵਾਲ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਵਾਸਤੇ ਕੀਤਾ, ਕਹਿੰਦੇ ਕਿਵੇਂ ਸੱਚਿਆਰਾ ਹੋਇਆ ਜਾਏਗਾ, ਕਿਵੇਂ ਕੂੜਾ ਕੁੱਟਾ ਪਾਲ, ਕਿਵੇਂ ਸਾਡੇ ਉਹ ਰੱਬ ਦੀ ਦਰਿਆ ਜਿਹੜੀ ਝੂਠਦੀ ਕੰਧ ਹੈ ਇਹਨੂੰ ਤੋੜਿਆ ਜਾਏਗਾ। ਇਹ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੇ। ਦੁਨੀਆਂ ਦਾ ਹਰ ਇੱਕ ਬੰਦਾ ਸੱਚਿਆਰਾ ਹੋਣਾ ਚਾਹੁੰਦਾ ਹੈ, ਦੁਨੀਆਂ ਦਾ ਹਰ ਇੱਕ ਬੰਦਾ ਸੱਚ ਨੂੰ ਧਾਰਨ ਕਰਨਾ ਚਾਹੁੰਦਾ ਹੈ, ਸੱਚ ਦੇ ਉੱਤੇ ਤੁਰਨਾ ਚਾਹੁੰਦਾ ਹੈ। ਗੁਰੂ ਸਾਹਿਬ ਨੇ ਆਪ ਹੀ ਜਵਾਬ ਦੇ ਦਿੱਤਾ, ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਿਆਰਿਆ ਹੁਕਮ ਦੇ ਵਿੱਚ ਤੁਰਨਾ ਸਿੱਖਣਾ, ਜਿਉਂ ਜਿਉਂ ਤੇਰਾ ਹੁਕਮ ਚਿਰੈ ਜੋ ਹੋਣਾ ਜਾਂ ਜਾਂ ਰੱਖੇ ਆਪ ਤਾਂ ਜਾਏ ਕਢੋਣਾ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮਣਾ ਕੋਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੁੰਦਾ ਹੈ। ਅੱਗੇ ਸਿਰਫ ਕਹਿੰਦੇ ਪਾਰ ਪ੍ਰਭ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਉਸ ਪਾਰ ਬ੍ਰਹਮ ਪਰਮਾਤਮਾ ਨੂੰ, ਜਿਹਦਾ ਪੁਰਲਾ ਬੰਨਾ ਵੀ ਹੈ ਪਰਲਾ ਬੰਨਾ ਵੀ ਹੈ ਨਹੀਂ, ਉਸ ਪਰਮਾਤਮਾ ਨੂੰ ਸੇਵਣਾ ਹੈ, ਯਾਦ ਕਰਨਾ ਹੈ, ਉਹਦੀ ਇਬਾਦਤ ਕਰਨੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਨੁੱਖਤਾ ਦਾ ਇਹ ਦੁਖਾਂਤ ਹੈ, ਦੁੱਖ ਦੇ ਵਿੱਚ ਆਪਾਂ ਰੱਬ ਨੂੰ ਜ਼ਿਆਦਾ ਯਾਦ ਕਰਦੇ ਹਾਂ। ਜਦੋਂ ਸਾਡੇ ਘਰਾਂ 'ਚ ਵਿਆਹ ਹੁੰਦੇ ਨੇ, ਸੁੱਖ ਦੀ ਘੜੀ ਹੁੰਦੀ ਹੈ, ਉਦੋਂ ਕਈ ਵਾਰ ਆਪਾਂ ਰੱਬ ਨੂੰ ਚੇਤਾ ਭੁਲਾ ਦਿੰਦੇ ਹਾਂ। ਸਤਿਗੁਰ ਨੇ ਬਾਣੀ 'ਚ ਆਖਿਆ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕੋਈ ਸਮਾਂ ਰਿਹਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਚਾਰੋਂ ਬੱਚੇ ਸੰਥਿਆ ਲੈਂਦੇ ਨੇ, ਗੱਤਕਾ ਖੇਡਦੇ ਨੇ, ਘੋੜ ਸਵਾਰੀ ਕਰਦੇ ਨੇ, ਬੜਾ ਸੌਖਾ ਸਮਾਂ ਰਿਹਾ। ਐਸਾ ਸਮਾਂ ਵੀ ਆਇਆ 20 ਦਸੰਬਰ ਦੀ ਰਾਤ ਨੂੰ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪੈ ਗਿਆ, ਆਪਣਾ ਘਰ ਛੱਡਣਾ ਪੈ ਗਿਆ। ਸਾਡੇ ਵਾਸਤੇ ਗੁਰੂ ਨੇ ਕੁਰਬਾਨੀਆਂ ਕੀਤੀਆਂ। ਔਰੰਗਜ਼ੇਬ ਵੱਲੋਂ ਕੋਈ ਐਸਾ ਦੁੱਖ ਨਹੀਂ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਨਾ ਦਿੱਤਾ ਗਿਆ ਹੋਵੇ, ਪਰ ਗੁਰੂ ਨੇ ਦੁੱਖ ਦਾ ਹੱਸ ਕੇ ਸਾਹਮਣਾ ਕੀਤਾ। ਸਾਡੇ ਘਰ ਵਿੱਚ ਦੁੱਖ ਆ ਜਾਵੇ ਨਾ, ਅਸੀਂ ਕਈ ਵਾਰ ਘਬਰਾ ਜਾਂਦੇ ਹਾਂ। ਅਰਦਾਸ ਕਰਿਆ ਕਰੋ ਗੁਰੂ ਅੱਗੇ ਵੀ ਮਹਾਰਾਜ ਜੇ ਮੈਨੂੰ ਇਹ ਦੁੱਖ ਦਿੱਤਾ ਹੀ, ਇਸ ਦੁੱਖ ਨੂੰ ਹਿੰਮਤ ਕਰ, ਇਸ ਦੁੱਖ ਦਾ ਸਾਹਮਣਾ ਕਰਨ ਲਈ ਮੈਨੂੰ ਹਿੰਮਤ ਬਖਸ਼ਿਸ਼ ਕਰਨਾ। ਅਖੀਰਲੀਆਂ ਭਗਤੀਆਂ ਕਹਿ ਕੇ ਦਾਸ ਸਾਹਿਬ ਜੀ ਤੋਂ ਵਿਦਾ ਲਵੇਗਾ। ਸਾਹਿਬ ਜੀ ਕਿਰਪਾ ਕਰਦੇ ਹਨ, ਮਹਾਨ ਦਿਵਸ ਮੂਰਤ ਭਲੇ ਜਿਹਨੂੰ ਕੋ ਨਜ਼ਰ ਕਰੇ, ਜਿਹਨਾਂ ਉੱਤੇ ਗੁਰੂ ਕਿਰਪਾ ਕਰ ਦਿੰਦਾ ਹੈ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਦਿਨ ਸੋਹਣਾ ਸੁਚੱਜਾ ਜਿਹੜਾ ਹੈ, ਮੈਂ ਜੋਗੇ ਜਦਾ ਨਾਨਕ ਮੰਗਿਆ ਦਰਸਾਨ, ਕਿਰਪਾ ਕਰੋ ਹਰੇ ਗੁਰੂ ਸਾਹਿਬ ਕਹਿੰਦੇ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਨਾਮ ਦੇ ਨਾਮ ਕੋਸ਼ਿਸ਼ ਕਰੋ। ਆਪ ਸਾਰੀਆਂ ਸੰਗਤਾਂ ਦਾ ਇੱਥੋਂ ਦੇ ਮੈਨੇਜਰ ਸਰਦਾਰ ਹਰਭਜਨ ਸਿੰਘ ਜੀ ਜੋ ਬੜੇ ਸੋਹਣੇ ਤਰੀਕੇ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦਾ ਧੰਨਵਾਦ। ਸ੍ਰੀ ਸਕੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਮੇਰੇ ਬਹੁਤ ਹੀ ਅਜੀਜ਼ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸ਼ਾਨ ਗੁਰਧਾਰੀ ਜਥਾ ਭਾਈ ਗੁਰਮੇਜ ਸਿੰਘ ਜੀ ਕਲੇਰ, ਬੜੇ ਸੁਚੇ ਢੰਗ ਦੇ ਨਾਲ ਆਪ ਸਾਰੇ ਸੰਗਤਾਂ ਨੂੰ ਗੁਰੂ ਕੀ ਪਾਵਨ ਬਾਣੀ ਦੇ ਨਾਲ ਜੋੜਦੇ ਨੇ, ਸ਼ਬਦ ਦੇ ਨਾਲ ਜੋੜਦੇ ਨੇ, ਇਤਿਹਾਸ ਦੇ ਨਾਲ ਜੋੜਦੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਬੜੇ ਸੁਚੇ ਢੰਗ ਦੇ ਨਾਲ ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਸੇਵਾਵਾਂ ਨਿਭਾਉਣ ਦਾ ਮੇਰਾ ਮੌਕਾ ਮਿਲਦਾ ਹੈ। ਅਰਦਾਸ ਕਰਿਓ ਕਿ ਢਾਡੀ ਜਥਾ ਵੀ ਚੜ੍ਹਦੀ ਕਲਾ 'ਚ ਰਹਿ ਕੇ ਕੌਣ ਦੀ ਸੇਵਾ ਕਰ ਸਕੇ, ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਅਤੇ ਗੁਰੂ ਸ਼ਬਦ ਸੰਗਤ ਬਖਸ਼ਣ ਯੋਗ ਹੈ। ਦਾਸ ਸਾਹਿਬ ਜੋ ਪਹਿਲਾਂ ਹੈੱਡਕੁਆਰਟਰ ਸੀ ਉਹ ਗੁਰਦੁਆਰਾ ਪਾਤਸ਼ਾਹ ਸ਼੍ਰੀ ਕੁਸ਼ੇਤਰ ਸੀ, ਇਸੇ ਮਹੀਨੇ ਤੋਂ ਜਿਹੜੀ ਮੇਰੀ ਡਿਊਟੀ ਹੈ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਲਗਾਈ ਗਈ ਹੈ। ਕੋਸ਼ਿਸ਼ ਕਰਾਂਗੇ ਆਪ ਦੇ ਬੱਚਿਆਂ ਨੂੰ
ਆਪ ਜੀ ਨੂੰ ਗੁਰੂ ਕੀ ਪਾਵਨ ਬਾਣੀ ਦੇ ਨਾਲ ਜੋੜਨ ਦੇ ਵੱਖਰੇ ਵੱਖਰੇ ਉਪਰਾਲੇ ਕਰਾਂਗੇ। ਗੁਰਮਤ ਦੇ ਕੈਂਪ ਲਗਾਵਾਂਗੇ, ਧਾਰਮਿਕ ਫਿਲਮਾਂ, ਸੰਥਿਆ ਦੀਆਂ ਕਲਾਸਾਂ, ਬੱਚਿਆਂ ਦੀਆਂ ਕਲਾਸਾਂ ਲਾ ਕੇ ਆਪਾਂ ਸਾਰਿਆਂ ਨੇ ਗੁਰੂ ਦੇ ਸ਼ਬਦ ਦੇ ਵਿਚਾਰ ਦੇ ਨਾਲ ਜੁੜਨਾ ਹੈ। ਅਖੀਰ ਚ ਇੱਕ ਬੇਨਤੀ ਜ਼ਰੂਰ ਕਰਾਂਗੇ ਸਾਧ ਸੰਗਤ, ਆਪ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਤੋਂ ਸਾਡੇ ਵੀਰ ਕਿਸਾਨ ਜੋ ਆਏ ਨੇ, ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਨੇ, ਆਪਾਂ ਸਾਰਿਆਂ ਨੇ ਯੋਗਦਾਨ ਪਾਉਣਾ ਹੈ, ਕਿਸਾਨ ਵੀਰਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਹੈ, ਤਾਂ ਕਿ MSP ਦੀ ਲੜਾਈ ਜਿਹੜੀ ਹੈ ਆਪਾਂ ਜਿੱਤ ਸਕੀਏ। ਉਹਨਾਂ ਪਿੰਡ ਸਰਕਾਰ ਦੇ ਪੂਰਾ ਚੁੱਕਾ ਦੇ ਕੇ ਬਾਅਦ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।